ਦੀ ਤਿਆਰੀ ਕਰਦੇ ਤਾਂ ਗਏ ਸਾਰੇ ਪੀਰ ਤੇ ਮੈਂ ਆਪਣਾ ਕੰਮਾਂ 'ਚ ਤੁਹਾਨੂੰ ਪਤਾ ਹੀ ਆ ਰੇਹ ਪਾਇਆ ਪਹਿਲਾਂ ਸਾਰੇ 'ਚ ਇਹਨਾਂ 'ਚ ਇਹਨਾਂ ਨੂੰ ਤਲ ਕਰਕੇ ਛਿੜਕਾਈ ਦਿਆ ਕਿਉਂਕਿ ਇਹ ਜੰਮ ਰਿਹਾ ਰੇਹ ਥੋੜ੍ਹਾ ਜਿਹਾ ਗਿੱਲਾ ਹੋਜੂਗਾ ਟਮਾਟਰ ਭਰੇ ਆਹ ਬੈਂਗਣ ਭਰਤੇ ਰੇਹ ਪਾ ਕੇ ਮੁਰਗੀਆਂ ਵਾਲਾ ਰੇਹ ਇਹਨਾਂ ਵਾਲਾ ਭੇਡਾਂ ਬੱਕਰੀਆਂ ਵਾਲਾ ਰੇਹ ਆ ਵਿੰਗਣ ਵਾਲਾ ਬਹੁਤ ਗਰਮ ਹੁੰਦਾ ਗੋਭੀ ਟਾਮੀ ਟਾਮੀ ਰਹਿ ਗਈ ਹਲਦੀ ਭਰ ਰਿਹਾ ਹੁਣ ਇਹ ਹਲਦੀ ਭਰੇ ਤੋਂ ਫਿਰ ਆਹ ਹਲਦੀ ਭਰੂੰਗਾ ਹੁਣ ਉਰੇ ਭੇਜਣੇ ਆ ਅੱਧੇ 'ਚ ਮੇਥੇ ਅੱਧੇ 'ਚ ਮੇਥੀ ਉਹ ਹੈ ਨਹੀਂ ਹੁਣ ਲੈ ਕੇ ਆਵਾਂ ਦੁਕਾਨ ਤੋਂ ਜਾ ਕੇ ਧਨੀਆ ਵੀ ਹੋ ਗਿਆ ਉਹ ਟਮਾਟਰ ਲਾਏ ਜਿਹੜੇ ਪੱਟ ਕੇ ਕਿਉਂਕਿ ਆ ਉਰੇ ਜਿਹੜਾ ਸਾਗ ਸੀ ਉਹ ਪਸੰਦ ਨਹੀਂ ਆਇਆ ਘਰਦਿਆਂ ਨੂੰ ਉਹ ਪੱਟਤਾ ਸੀ ਸਵੇਰੇ ਮਤਲਬ ਸਾਗ ਬਣਾ ਲਿਆ ਸੀ ਜੜ੍ਹਾਂ ਜਿਹੜੀਆਂ ਦੁਬਾਰੇ ਹੋਣ ਲਈ ਸੀ ਪੱਟਦੀਆਂ ਉਹ ਹਲਦੀ ਭਰਨੀ ਹੈ ਅਤੇ ਪਰਗੁਣ ਦੇ ਪਰਗੁਣ ਦੀ ਮੰਮੀ ਆਪਣੀ ਮਾਸੀ ਪਰਗੁਣ ਦੀ ਮਾਸੀ ਅਤੇ ਪਰਗੁਣ ਦੀ ਨਾਨੀ ਨਾਲ ਗਏ ਦੁਬਾਰੇ ਪੀਰ ਬਾਬੇ ਦੇ ਅਤੇ ਮੈਂ ਆਪਣਾ ਕੰਮ ਨਿਬੜਾਂ ਫਟਾਫਟ ਅਤੇ ਫਿਰ ਹੋਈ ਹੈ ਵਿਹਲੇ ਫਿਰ ਜਾ ਕੇ ਲਿਆਵਾਂ ਬੀਜ ਚਲੋ ਜੀ ਮਿਲਦਾ ਤੁਹਾਨੂੰ ਵੀ ਮੈਂ ਕਿਆਰੀਆਂ ਕਰਦੀਆਂ ਹੁਣ ਬੀਜ ਹੈ ਨਹੀਂ ਦੇਖਾਂ ਤਾਂ ਪਾਣੀ ਲਾ ਕੇ ਪਾਣੀ ਲਾ ਰਿਹਾ ਹਲਦੀ ਨੂੰ ਜਾਂ ਤਾਂ ਬੀਜ ਲਿਆਵਾਂ ਜਾਗਾ ਨਹੀਂ ਫਿਰ ਲਿਆਵਾਂਗੇ ਇਤਰੀ ਛੱਡ ਦਾਂਗੇ ਅਤੇ ਮੈਂ ਵੀ ਪੈਰ ਵੀ ਨੰਗੇ ਹੁਣ ਮੇਰੇ ਫਟਾਫਟ ਚੱਲਾਂ ਮੇਥੇ ਬੀਜ ਅਤੇ ਸਾਰਾ ਕਰਤਿਆ ਗੋਭੀ 'ਚ ਨੂੰ ਸਾਰੇ 'ਚ ਨੂੰ ਰੇਹ ਖੰਡਾਰਤਾ ਜਿਹੜਾ ਉਰੇ ਪਿਆ ਤਾਂ ਇੱਕ ਢੇਰ ਅਤੇ ਪਾਣੀ ਗੋਭੀ ਨੂੰ ਲਾਇਆ ਨਹੀਂ ਛਿੜਕਾਓ ਕਰਤਿਆ ਬਾਕੀ ਦੇਖਦੇ ਹਾਂ ਅਤੇ ਸਾਰਾ ਨਿਬੇੜ 'ਤੇ ਹੁਣ ਚੱਲਾਂ ਮੈਂ ਨਹਾਵਾਂ ਫਟਾਫਟ ਅਤੇ ਮੈਨੂੰ ਜਾਣਾ ਕਰਦੇ ਵੀ ਕਹਿ ਰਹੇ ਬਸ ਬਾਬਾ ਤਾਂ ਹਲੇ ਆਇਆ ਨਹੀਂ ਉਹ ਕਰੇ ਵੇਟ ਕਰ ਰਹੇ ਹਾਂ ਜੇ ਬਾਬਾ ਜੀ ਆ ਕੇ ਠੀਕ ਹੈ ਨਹੀਂ ਫਿਰ ਘਰੇ ਆ ਜਾਵਾਂਗੇ ਕਿਉਂਕਿ ਲੇਟ ਹੋ ਗਏ ਗੱਡੀ ਲੈਣ ਗਏ ਵੈਲ ਬਾਬਾ ਜੀ ਬੁਲਾਇਆ ਉਹ ਕੰਮੀ ਪਿੰਡ ਵਾਲੇ ਅਤੇ ਚਲੋ ਚੱਲਦੇ ਹਾਂ ਜੀ ਫਿਰ ਆਪਾਂ ਹੁਣ ਨਹਾਈਏ ਫਟਾਫਟ ਲੋ ਮਿੱਤਰੋ ਮੈਂ ਨਿਕਲ ਪਿਆ ਜੀ ਘਰੋਂ ਘਰਦਿਆਂ ਦਾ ਆ ਗਿਆ ਸੀ ਫੋਨ ਬਾਬਾ ਜੀ ਤਾਂ ਅੱਜ ਮਿਲੇ ਨਹੀਂ ਬਾਬਾ ਜੀ ਤਾਂ ਹਲੇ ਵੀ ਲੇਟ ਨੇ ਉਹ ਕਹਿੰਦੇ ਲੇਟ ਆਉਣਗੇ ਅਤੇ ਉਹ ਆ ਰਹੇ ਨੇ ਫਿਰ ਹੁਣ ਗੋਪਾਲ ਕਹਿੰਦੇ ਗੋਪਾਲ ਕੁਛ ਖਾਵਾਂ ਪੀਣਾ ਸਾਰੇ ਇਕੱਠੇ ਹੋਏ ਮੈਂ ਕਹਿੰਦਾ ਅੱਜ ਚਲੋ ਆ ਜਾਓ ਅਤੇ ਬਸ ਮੈਂ ਵੀ ਪਹਿਲਾਂ ਜਿਹੜਾ ਕੰਮ ਉਹ ਕਰਿਆ ਵਾਂ ਅਤੇ ਉਹ ਤੋਂ ਬਾਅਦ ਫਿਰ ਚੱਲਦੇ ਹਾਂ ਗੋਪਾਲ ਬਸ ਆਪਾਂ ਨੂੰ ਕੰਮ ਹੋਰ ਏਅਰਪੋਰਟ ਚੌਂਕ ਤੱਕ ਜਾ ਕੇ ਆਉਣਾ ਬੰਦਾ ਆ ਰਿਹਾ ਬੰਦੇ ਨੂੰ ਪੈਸੇ ਫੜਾ ਕੇ ਆਉਣੇ ਆ ਉਹ ਕੰਮ ਨਿਬੇੜ ਕੇ ਮੈਂ ਕਿਹਾ ਤੁਸੀਂ ਉੱਧਰ ਆਓ ਅਤੇ ਮੈਂ ਇੱਧਰੋਂ ਆ ਜਾਂਦਾ ਇੰਨੇ 'ਚ ਆਪਾਂ ਮਿਲ ਜਾਂਦੇ ਹਾਂ ਅਤੇ ਦੇਖਦੇ ਹਾਂ ਜੀ ਚਲੋ ਚੱਲਦੇ ਹਾਂ ਜੀ ਤੁਹਾਨੂੰ ਦਿਖਾਉਂਦੇ ਹਾਂ ਗੋਪਾਲ ਜਿਹੜਾ ਸਾਡੇ ਉਰੇ ਨਵਾਂ ਬਣਿਆ ਬੜਾ ਤਕੜਾ ਬਣਿਆ ਹੁਣ ਦੇਖੋ ਜੀ ਦਿਨ ਹੋਵੇ ਰਾਤ ਹੋਵੇ ਸਾਡੀ ਗੱਡੀ 'ਚ ਮੂਸੇ ਵਾਲਾ ਜੱਟ ਰਿਪੀਟ ਹੋਵੇ ਭਾਵੇਂ ਗਾਣੇ ਭਾਵੇਂ ਦਿਨ 'ਚ ਨੂੰ 10 ਵਾਰ ਰਿਪੀਟ ਹੋ ਜਾਣ ਗਾਣੇ ਬਾਈ ਦੇ ਨੇ ਓਨਲੀ ਸਿੱਧੂ ਮੂਸੇ ਵਾਲਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਦੋ ਗਾਣਾ ਦੂਜਾ ਅਤੇ ਆਪਾਂ ਪੈਨ ਡਰਾਈਵ ਵੀ ਨਹੀਂ ਬਦਲੇ ਕਦੇ ਬਲਿਊਟੂਥ ਲਾ ਲਈ ਅਦਰਵਾਈਜ਼ ਲਾ ਲਈ ਅਦਰਵਾਈਜ਼ ਕੋਈ ਉਹ ਨਹੀਂ ਆ ਪੈਨ ਡਰਾਈਵ ਹੀ ਚੱਲਦੀ ਹੈ ਅਤੇ ਫੁੱਲ ਬੇਸ ਛੱਡ ਕੇ ਚਲਾਈਦੀ ਹੈ ਚਲੋ ਜੀ ਪੈ ਗਏ ਹੁਣ ਆਪਾਂ ਛੱਤ ਪਿੰਡ ਤੋਂ ਨਿਕਲਣ ਲੱਗੇ 10-15 ਮਿੰਟ ਲੱਗ ਗਿਆ ਤਾਂ ਬਾਈ ਐਡਾ ਪਿੰਡ 'ਚ ਜਾਮ ਚਲੋ ਜੀ ਪੈ ਗਏ ਰੋਡ 'ਤੇ ਏਅਰਪੋਰਟ ਚੌਂਕ ਜਾ ਕੇ ਆਈਏ ਫਟਾਫਟ ਇੰਨਾ ਘਰ ਦੇ ਵੀ ਉੱਧਰ ਗੁਰਵਾਲੇ ਚੱਲੇ ਉਹ ਵੀ ਗੋਪਾਲ ਮਿਲ ਜਾਣਗੇ ਆਪਾਂ ਲਾ ਜੀ ਪਹੁੰਚ ਗਏ ਆਪਾਂ ਤੇਲ ਪਵਾਉਣ ਕੇ ਐਫ ਸੀ ਸਟੋਰ ਵਾਲੇ ਦੇ ਦੇਖਾਂ 10 ਲੀਟਰ ਤੇਲ ਅੱਜ ਕਿੰਨੇ ਕਾ ਬਣੂਗਾ 967 ਸਮਥਿੰਗ ਕਾ ਬਣਾ ਮੇਰੇ ਖਿਆਲ ਦੇਖਿਆ 987 ਦੀ ਕਾ ਬਣਿਆ ਨਾ ਇਹ ਹੈ ਜੀ ਐਰੋ ਸਿਟੀ 'ਚ ਕੇ ਐਫ ਸੀ 24 ਘੰਟੇ 24 ਘੰਟੇ ਖੁੱਲ੍ਹਾ ਆਪਣਾ ਪੰਪ ਹੈ ਪੰਪ 24 ਘੰਟੇ ਪਰ ਕੇ ਐਫ ਸੀ ਦਾ ਨਹੀਂ 24 ਘੰਟੇ ਉਹ ਤਾਂ 12 ਵਜੇ ਬੰਦ ਹੋ ਜਾਂਦਾ ਉਹ ਅਗਲਾ ਖੁੱਲ੍ਹਾ ਹੈ ਅਗਲਾ ਤਾਂ ਖੁੱਲ੍ਹਾ ਉਹ 24/7 ਅਸੀਂ ਕਰ ਲਈ ਉੱਪਰ ਤੇ ਵਾਈਫਾਈ ਲਓ ਜੀ ਪਹੁੰਚ ਗਏ ਮੈਂ ਤੁਹਾਨੂੰ ਦਿਖਾਊਂਗਾ ਜਿਹੜੀ ਮੈਂ ਗੱਲ ਕਹਿੰਦਾ ਹੁੰਦਾ ਜੇ ਮੈਂ 1000 ਕਾ ਤੇਲ ਪਵਾਊਂਗਾ ਕਦੀ ਡੰਡੇ ਨਹੀਂ ਉੱਠਦੇ ਇਕਲਾ ਦਾ ਹੁਣ ਦੇਖਿਓ ਇਹਨਾਂ ਪਾਇਆ ਤੇਲ 10 ਲੀਟਰ ਨਾਲ ਉਹ ਵਾਈਫਾਈ ਕਰ ਲੈ ਡੰਡੇ ਦੇਖਿਓ ਕਿਵੇਂ ਉੱਠੂਗੇ ਦਿਖਾਵਾਂ ਜੀ ਜਿਹੜੀ ਚੀਜ਼ ਮੈਂ ਕਹਿੰਦਾ ਹੁੰਦਾ ਇਹ ਆਹ ਦੇਖ ਜੇ ਸਾਲਾ 1000 ਦਾ ਤੇਲ ਪਵਾਵਾਂ ਕਦੇ 4 ਡੰਡੇ ਇਕੱਠੇ ਨਹੀਂ ਉੱਠਦੇ ਕਿਆ ਬਿਮਾਰੀ ਹੈ ਸਮਝ ਤੋਂ ਬਾਹਰ ਹੈ ਹੁਣ ਦੇਖੋ ਨਾਲੇ ਉੱਠ ਗਏ ਚਲੋ ਚੱਲਦੇ ਹਾਂ ਜੀ ਉਹ ਤਾਂ ਪਹੁੰਚ ਗਏ ਆਪਾਂ ਰਹਿ ਗਏ ਅਤੇ ਚੱਲੀਏ ਜੀ ਮਿਲਦੇ ਹਾਂ ਜੀ ਹੁਣ ਫਿਰ ਅੱਗੇ ਜਾ ਕੇ ਤੁਰ ਪਏ ਆਪਾਂ ਆਪਣੇ ਮੰਜ਼ਿਲ ਵੱਲ ਦੇਖਿਆ ਜੀ ਇਹ ਸਮਝ ਤੋਂ ਬਾਹਰ ਹੈ ਮੈਂ 1000 ਰੁਪਏ ਦਾ ਤੇਲ ਪਵਾਵਾਂ ਡੰਡੇ ਥੋੜ੍ਹੀ ਦੇਰ ਬਾਅਦ ਉੱਠਦੇ ਨੇ ਤੇਲ ਤਾਂ ਉਸੇ ਨਿਊਜ਼ਲ ਨਾਲ ਪੈਂਦਾ ਸਮਝ ਤੋਂ ਬਾਹਰ ਹੈ ਕਿ ਜੇ ਮੈਂ 10 ਲੀਟਰ ਪਵਾਵਾਂ 10 ਲੀਟਰ ਤੇਲ 1000 ਤੋਂ ਘੱਟ ਪੈਂਦਾ ਥੋੜ੍ਹਾ ਜਿਹਾ ਉਹ ਜਲਦੀ ਉੱਠਦੇ ਨੇ ਡੰਡੇ ਹੁਣ ਮੈਂ ਅੱਜ 10 ਲੀਟਰ ਤੇਲ ਪਵਾਇਆ ਤੁਹਾਨੂੰ ਡੰਡੇ ਦਿਖਾਏ ਨਾ ਜੀ ਹੁਣ ਕਿਸੇ ਦਿਨ ਮੈਂ 1000 ਦਾ ਤੇਲ ਪਵਾਉਂਗਾ ਭਾਵੇਂ ਇਸੇ ਪੰਪ ਤੋਂ ਪਵਾਉਂਗਾ ਫਿਰ ਦਿਖਾਉਂਗਾ ਜੀ ਅੱਧੇ ਬਲਿੰਕਰ ਦੇ ਡੰਡੇ ਉਹ ਪਤਾ ਨਹੀਂ ਕਿਆ ਕਹਾਣੀ ਹੈ
चमन तो बाहर है जी, पता नहीं क्या है, लभ जाने जी। चलो चलते हैं जी, आप हम पहुंची अपनी मंजिल वाल। गड्डी वाला खड़ा एक बेवकूफ, इन्हें गड्डी पता नहीं खड़ा टाइम लाता। चलो फिर भी 5 मिनट वेस्ट कर रहे हैं। जे पेमेंट नहीं हो रही, उतर के साइड गड्डी ला, कदे तू वाइफ दे फोन तो, कदे तू अपने फोन तो, भी तू टिके तो कर ले। चलो जी फोन आने लग गए, चलिए। गोपाल दी लोकेशन ये है, गोपाल स्वीट्स। तो आप पहुँच गए हैं गोपाल, देखते हैं हम परगुन कितने बैठी है। हला दी आप गड्डी और खड़ी है परगुन के मास्टर की गड्डी, चलते हैं पहुँचे परगुन कितने बैठी। देख लो आ खाला जो सामने पे, ठंडे हो गए, स्वाद नहीं लगने। क्या है नाम? पनीर नान विद ग्रेवी। अच्छा ये पनीर मिक्स करे हुआ है। पाले वा कुत्ता आर एस भी टैग पर भी नाम लिखा, पी एस पता नहीं आर एस वहाँ नाले। पार्किंग बहुत है ना कुछ। हाँ ये अभी कुछ पार्किंग चलता है ना, अपना उधर आ रहा है ना मेट्रो वाला। हाँ उधर फ्लॉप है। अरे ठीक है कौन ते गड्डी लाई है, इधर है ही नहीं, गए हैं ढाबे से ते अपनी गड्डी लाई है शेड च। गोपाल का खाना खा गया, खाना बाबा स्वासी है ना बर्गर। पर गुना कुछ नहीं खाया, दो फ्रेंच फ्राई खाए, आइसक्रीम ले ली, चौड़ चौड़ माओ भी नहीं खाई, और हाँ हाँ ऐ कर रही भी जब तक पता नहीं क्या खाया है। चलो चलो जी चल दे। लो जी पहुँच गए आ दिखा दिखा, मैं ला दिया पानी सारा। तो चलो चलते हैं, पहला वो करें यार गेट के कौन जी क्या गिरे पत्ता, कुछ नहीं गिरे, चला जा यार। तेरी टॉर्च जी नहीं बलदी, कितना बड़ा है। मैं गेट का कुंडा लाया वा, लपर कुंडा जा फड़ चल रहने दे। चलो चलो ले, चलो चलो जी हूँ चेंज करिए, देखा पूछा गगू आ रहा तो ठीक है, नहीं फिर रेस्ट करिए जी। ओ यार मम्मा का कमिस्ट भजा गाना था, दवाई ले गानी थी यार, दवाई नहीं मुक्की बेटी वो जड़ी पूरा मिल नहीं रही पिंड में यार। चाबी कितना तेरे पास चाबी? आलू तो कलू शाम को चाहिए, सवेरे ही लियाऊंगा मैं। चल खोल कुंडा। चलो जी मैं सारे बूटे पानी ला गया था, नहा लिया धो लिया, हाथ में नहाना हूँ। चल फिर पै जाओ कोई नहीं, चलो रेस्ट करो। पर हूँ चल आ बेटा, इधर क्या देख रहा है, लाइट है पुत्र, वीडियो नहीं बना रहा तू। उरे देखा इधर अपने मुँह किन्नी मार टॉर्च, ये देख चल जा सुसु करके आ ले, मैंने फड़ा दे फोन। चल चलो जी ते वीडियो नू करते हैं समाप्त। ते जे साड़ी वीडियो तुहानू वधिया लगदी है ते जी लाइक करियो, ते चैनल नू करियो सबसक्राइब, ते सोहना जिहा कमेंट भी जरूर करियो जी। पता नहीं साढ़े सबसक्राइबर क्यों नहीं वधदे जी, आप तो जो डेली लाइफ करते हैं उही आप दिखाते हैं, तो फालतू आप कोई एडिट नहीं करते, जिन्ना का सानू आता जो जो साढ़े फोन यह जे कैमरे हो गए सब। चलो ठीक है जी, हाँ तो चलो जी करते हैं वीडियो में समाप्त, मिलते हैं जी कल किसी नवी वीडियो नवे कंटेंट नाल, धन्यवाद जी।